ਨਸ਼ੇ ਦੀ ਆੜ ਹੇਠ ਮਹਿਕਮੇ ਦੇ ਸੰਬੰਧਿਤ ਅਫਸਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਦੀ ਮਾਰ ਚੱਲ ਰਹੇ ਦਵਾਈ ਵਿਕਰੇਤਾਵਾਂ ਨੂੰ ਬੇਸ਼ੱਕ ਅਜੇ ਤੱਕ ਬਹੁਤੀ ਰਾਹਤ ਨਹੀਂ ਮਿਲੀ, ਪਰ ਮਹਿਕਮੇ ਦੇ ਸੰਬੰਧਿਤ ਅਧਿਕਾਰੀਆਂ ਵੱਲੋਂ ਦਵਾਈ ਵਿਕਰੇਤਾਵਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਸਮੇਂ ਇਹ ਜ਼ਰੂਰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਦਵਾਈ ਵਿਕਰੇਤਾਵਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਸਿਹਤ ਵਿਭਾਗ ਦੇ ਕੁਝ ਅਫਸਰਾਂ ਦੀ ਇੱਕ ਟੀਮ ਵੱਲੋਂ ਗਿੱਲ ਰੋਡ ਸਥਿਤ ਕਾਲੜਾ ਮੈਡੀਕਲ ਸਟੋਰ ਵਿਖੇ ਦਵਾਈ ਵਿਕਰੇਤਾਵਾਂ ਨਾਲ ਮੀਟਿੰਗ ਕਰਕੇ ਦਵਾਈਆਂ ਦੀ ਖਰੀਦਦਾਰੀ ਅਤੇ ਵੇਚਣ ਸਮੇਂ ਕਿੰਨਾ ਕਿੰਨਾ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ ਬਾਰੇ ਜੋ ਗੱਲਬਾਤ ਹੋਈ, ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਅਸੀਂ ਸਿਹਤ ਵਿਭਾਗ ਦੇ ਵਿੱਚ ਅੱਜ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕੈਮਿਸਟਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਵੀ ਉਹ ਦਵਾਈਆਂ ਵੇਚ ਰਹੇ ਨੇ ਉਹਨਾਂ ਨੂੰ ਉਹ ਬਿੱਲ ਤੇ ਹੀ ਖਰੀਦਣ ਔਰ ਰੂਲਾਂ ਦੇ ਮੁਤਾਬਕ ਬਿੱਲ ਦੇ ਉੱਤੇ ਹੀ ਵੇਚਣ, ਔਰ ਜਿਹੜੀਆਂ ਦਵਾਈਆਂ ਉਹਨਾਂ ਨੂੰ ਪਤਾ ਹੈ ਕਿ ਇਹ ਪਬਲਿਕ ਜਾਂ ਕੋਈ ਵੀ ਬੰਦਾ ਉਸ ਨੂੰ ਦੁਰਵਰਤੋਂ ਕਰ ਸਕਦਾ ਹੈ, ਉਹ ਦਵਾਈਆਂ ਦੀ ਵਿਕਰੀ ਬਿਲਕੁਲ ਨਾ ਕਰਨ, ਔਰ ਜਿਹੜੀ ਕੋਈ ਮੈਡੀਸੀਨਲ ਯੂਜ਼ ਦੇ ਲਈ ਦਵਾਈ ਡਾਕਟਰ ਦੀ ਪਰਚੀ ਹੈ ਔਰ ਡਾਕਟਰ ਦੀ ਪਰਚੀ ਤੇ ਹੀ ਵੇਚਣ ਔਰ ਉਸਦਾ ਪ੍ਰੋਪਰ ਰਿਕਾਰਡ ਰੱਖਣ। ਅਗਰ ਕੋਈ ਕੈਮਿਸਟ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਲਿਪਤ ਪਾਇਆ ਗਿਆ ਕਿਸੇ ਦਵਾਈ ਦੀ ਇਲੀਗਲ ਸੇਲ ਦੇ ਵਿੱਚ, ਤੇ ਡਿਪਾਰਟਮੈਂਟ ਉਸ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕਰੇਗਾ। ਸਾਡੇ ਨਵੇਂ ਕਮਿਸ਼ਨਰ ਸਾਹਿਬ ਜੁਆਇਨ ਕੀਤੇ ਹੈ ਸ਼੍ਰੀ ਕੇ ਐਸ ਪੰਨੂ ਜੀ IAS, ਉਹਨਾਂ ਦਾ ਵੀ ਪਬਲਿਕ ਨੂੰ ਇਹ ਇੱਕ ਮੈਸੇਜ ਹੈ ਕਿ ਅਗਰ ਤੁਹਾਡੇ ਆਲੇ ਦੁਆਲੇ ਕੋਈ ਕੈਮਿਸਟ ਜਾਂ ਕੋਈ ਪ੍ਰਾਈਵੇਟ ਪਰਸਨ ਕਿਸੇ ਤਰ੍ਹਾਂ ਦੀਆਂ ਦਵਾਈਆਂ ਦੇ ਵਿੱਚ ਸੇਲ ਦੇ ਵਿੱਚ ਇਨਵੋਲਵਡ ਹੈ, ਕੋਈ ਗੋਲੀਆਂ ਕੈਪਸੂਲ ਜਾਂ ਟੀਕੇ ਨਸ਼ੇ ਦੇ ਵੇਚ ਰਿਹਾ ਹੈ, ਤਾਂ ਉਸ ਦੀ ਇੰਟੀਮੇਸ਼ਨ ਤੁਸੀਂ ਪਲੀਜ਼ ਡਿਪਾਰਟਮੈਂਟ ਨੂੰ ਦਿਓ ਤੇ ਡਿਪਾਰਟਮੈਂਟ ਉਸ ਦੇ ਉੱਤੇ ਸਖਤ ਕਾਰਵਾਈ ਕਰੇਗਾ। ਇਹ ਜਿਹੜੀ ਤੁਸੀਂ ਇੰਟੀਮੇਸ਼ਨ ਹੈ ਉਹ ਸਾਡੇ ਜੁਆਇੰਟ ਕਮਿਸ਼ਨਰ ਹੈਗੇ ਫੂਡ ਐਂਡ ਡਰੱਗ ਕੰਟਰੋਲ ਦੇ, ਉਹਨਾਂ ਦੇ ਮੋਬਾਈਲ ਨੰਬਰ ਤੇ ਤੁਸੀਂ ਦੇ ਸਕਦੇ ਹੋ। ਉਹਨਾਂ ਦਾ ਮੋਬਾਈਲ ਨੰਬਰ ਹੈ 98-158-7225 ਜਾਂ ਇਸ ਤੋਂ ਬਿਨਾਂ ਤੁਸੀਂ ਜਿਹੜੀ ਇਹ ਇੰਟੀਮੇਸ਼ਨ ਹੈਗੀ ਹੈ ਉਹ ਈਮੇਲ ਤੇ ਵੀ ਦੇ ਸਕਦੇ ਹੋ, ਔਰ ਇਹ ਈਮੇਲ ਜਿਹੜੀ ਸਾਡੇ ਡਿਪਾਰਟਮੈਂਟ ਦੀ ਆਫੀਸ਼ੀਅਲ ਈਮੇਲ ਹੈ ਉਹ ਹੈ drugscontrol@gmail.com। ਇਹ ਜਿਹੜਾ ਵੀ ਕੋਈ ਇਨਫੋਰਮਰ ਹੋਏਗਾ ਉਸ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਸੀਕ੍ਰੇਟ ਰੱਖੀ ਜਾਏਗੀ, ਔਰ ਜਿਹਦੀ ਇਨਫੋਰਮੇਸ਼ਨ ਸਹੀ ਨਿਕਲਦੀ ਹੈ ਉਸ ਬੰਦੇ ਨੂੰ ਜਾਂ ਉਸ ਵਿਅਕਤੀ ਨੂੰ ਡਿਪਾਰਟਮੈਂਟ ਵੱਲੋਂ ਐਪਰੋਪ੍ਰੀਏਟਲੀ ਆਨਰ ਵੀ ਕੀਤਾ ਜਾਏਗਾ ਔਰ ਉਸ ਨੂੰ ਉਸ ਦੇ ਬਦਲੇ ਦੇ ਵਿੱਚ ਡਿਪਾਰਟਮੈਂਟ ਵੱਲੋਂ ਕੋਈ ਨਾ ਕੋਈ ਜਿਹੜੀ ਹੈਗੀ ਆਫੀਸ਼ੀਅਲ ਰਕਮ ਵੀ ਹੌਸਲਾ ਅਫਜ਼ਾਈ ਦੇ ਤੌਰ ਦੇ ਉੱਤੇ ਦਿੱਤੀ ਜਾਏਗੀ। ਜਿਹੜੀਆਂ ਆਨਲਾਈਨ ਫਾਰਮੇਸੀ ਸਾਈਟਸ ਹੈ ਉਹਦੇ ਲਈ ਆਲਰੇਡੀ ਗਵਰਨਮੈਂਟ ਆਫ ਇੰਡੀਆ ਜਿਹੜੀ ਹੈਗੀ ਹੈ ਉਹ ਇੱਕ ਡਰਾਫਟ ਪਾਲਿਸੀ ਫਾਰਮੂਲੇਟ ਕਰ ਰਹੀ ਹੈ ਐਂਡ ਵੀ ਹੋਪ ਕਿ ਉਹ ਜਲਦੀ ਹੀ ਜਿਹੜੀ ਪਾਲਿਸੀ ਹੈ ਡਰਾਫਟ ਫਾਰਮ ਚ ਇੰਪਲੀਮੈਂਟ ਹੋ ਕੇ ਪਬਲਿਕ ਨੋਟੀਫਿਕੇਸ਼ਨ ਦੇ ਥਰੂ ਪਬਲਿਕ ਦੇ ਵਿੱਚ ਆ ਜਾਏਗੀ। ਅੱਜ ਇੱਕ ਕੈਮਿਸਟਾਂ ਦੀ ਮੀਟਿੰਗ ਡਾਕਟਰ ਬਰਾਬਰ ਨੇ ਰੱਖੀ ਗਈ ਜਿਹਦੇ ਚ ਉਹਨਾਂ ਨੇ ਸਾਨੂੰ ਸਾਰਾ ਰਿਕਾਰਡ ਕੀਪਿੰਗ ਬਾਰੇ ਦੱਸਿਆ ਤੇ ਨਾਲੇ ਇਹ ਕਿਹਾ ਵੀ ਆਪਣਾ ਜਿਹੜੇ ਬੰਦੇ ਨਹੀਂ ਵੇਚਦੇ ਉਹ ਆਪਣੀ ਦੁਕਾਨ ਦੇ ਬਾਹਰ ਲਿਖ ਕੇ ਲਗਾਉਣ ਵੀ ਅਸੀਂ ਸਾਈਕੋਟ੍ਰੋਪਿਕ ਕੋਈ ਆਈਟਮ ਨਹੀਂ ਵੇਚਦੇ ਤੇ ਜਿਹੜੇ ਵੇਚਦੇ ਉਹ ਬਾਹਰ ਲਿਖ ਕੇ ਲਗਾਉਣ ਵੀ ਅਸੀਂ ਵੇਚਦੇ ਹਾਂ ਤੇ ਤਕਰੀਬਨ ਸਾਰੇ ਹੀ ਦੁਕਾਨਦਾਰ ਵਿੱਚੋਂ 90% ਦਾ ਵੇਚਦੇ ਪਹਿਲਾਂ ਹੀ ਨਹੀਂ ਆਲਰੇਡੀ ਵੇਚਦੇ ਤੇ ਜਿਹੜੇ ਬਾਕੀ ਵੇਚਦੇ ਸੀ ਪਹਿਲਾਂ ਰਿਕਾਰਡ ਰੱਖਦੇ ਸੀ ਤੇ ਸਾਨੂੰ ਮੀਟਿੰਗ 'ਚ ਦੱਸਿਆ ਗਿਆ ਵੀ ਰਿਕਾਰਡ ਕਿੱਦਾਂ ਰੱਖਣਾ ਤੇ ਉਹਨਾਂ ਨੇ ਇਹ ਵੀ ਸਾਨੂੰ ਅਸ਼ੋਰ ਕੀਤਾ ਵੀ ਅਸੀਂ ਜਿਹੜੀ ਥਰੂ ਈ ਫਾਰਮੇਸੀ ਮੈਡੀਸਨ ਆ ਰਹੀ ਹੈ ਅਸੀਂ ਉਹਦੇ 'ਤੇ ਵੀ ਰੱਖਾਂਗੇ ਨਜ਼ਰ ਤੇ ਉਹਦਾ ਵੀ ਧਿਆਨ ਰੱਖਾਂਗੇ ਕਿਥੋਂ ਹਾਂ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਜਿਹਦੇ 'ਚ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਵੀ ਕੋਈ ਅਨਅਥੋਰਾਈਜ਼ ਬੰਦਾ ਤੁਹਾਡੀ ਦੁਕਾਨ 'ਤੇ ਨਹੀਂ ਆਏਗਾ ਤੇ ਤੁਸੀਂ ਬਸ ਇੱਕ ਆਪਣਾ ਰਿਕਾਰਡ ਰੱਖੋ ਤੇ ਈ ਵਾਸਤੇ ਉਹਨਾਂ ਨੇ ਸਾਨੂੰ ਕੀਤਾ ਵੀ ਈ ਜਿਹੜੀ ਆ ਰਹੀ ਮੈਡੀਸਨ ਉਹਦਾ ਅਸੀਂ ਪੂਰਾ ਧਿਆਨ ਰੱਖਾਂਗੇ ਉਹ ਸਾਡੀ ਉਹਨਾਂ ਨੇ ਮੰਗ ਮੰਨ ਲਈ ਹੋਈ ਆ ਇਹ ਦੇਖੋ ਸਾਡੇ ਲਈ ਸਫੀਸ਼ੀਐਂਟ ਹੈ ਅਸੀਂ ਪਹਿਲਾਂ ਵੀ ਰਿਕਾਰਡ ਰੱਖ ਰਹੇ ਸੀ ਅਸੀਂ ਹੁਣ ਵੀ ਰੱਖ ਰਹੇ ਹਾਂ ਠੀਕ ਹੈ ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਤੇ ਥੋੜ੍ਹਾ ਜਿਹਾ ਸਮਝਾਇਆ ਵੀ ਰਿਕਾਰਡ ਕਿੱਦਾਂ ਰੱਖਣਾ ਜਿਹੜੇ ਕਈ ਕੈਮਿਸਟ ਕਈਆਂ ਨੂੰ ਥੋੜ੍ਹਾ ਬਹੁਤ ਜੋ ਗਲਤੀਆਂ ਹੁੰਦੀਆਂ ਉਹਨਾਂ ਨੇ ਠੀਕ ਕਰਾਈਆਂ ਤੇ ਉਹ ਅੱਗੇ ਤੋਂ ਧਿਆਨ ਰੱਖਣਗੇ ਇਸ ਚੀਜ਼। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ ਫੋਕਸ .ਪੰਜਾਬੀ, ਯੂਰ ਸਿਟੀ ਯੂਰ ਨਿਊਜ਼।